ਇਹ ਦੁੱਖ ਦੀ ਗੱਲ ਆ ਵੀ ਇੱਕ ਪਾਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰੰਡਰ ਮਤਲਬ ਸਮਰਪਿਤ ਕਰਾਉਣਾ, ਹਾਂਜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਰਾ ਕੁਝ ਹਵਾਲੇ ਕਰ ਦੇਣਾ, ਹਾਂਜੀ ਫਿਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਰਤਾਂ ਲਾਉਣਾ, ਇਹ ਤਾਂ ਵੈਸੇ ਤਾਂ ਜਾਇਜ਼ ਨਹੀਂ ਹੈ। ਔਰ ਮੈਂ ਸਮਝਦਾ ਕਿ ਇਹ ਸਾਰੀ ਸਮੀਖਿਆ ਜਿਹੜੀ ਆ 21 ਤਰੀਕ ਨੂੰ ਜਥੇਦਾਰ ਸਾਹਿਬਾਨ ਕੋਲ ਕਰਨਗੇ, ਪਰ ਸਾਡੀ ਜ਼ਰੂਰ ਕੋਸ਼ਿਸ਼ ਆ, ਇੱਛਾ ਸਮੁੱਚੇ ਨਾਨਕ ਨਾਮ ਲਏ ਲੋਕਾਂ ਦੀ ਕਿ ਇਹਨੂੰ ਕੋਈ ਰਾਜਸੀ ਨਜ਼ਰੀਏ ਤੋਂ ਰਾਜਸੀ ਪਲੇਟਫਾਰਮ ਬਣਾ ਕੇ ਰਾਜਸੀ ਰੋਟੀਆਂ ਸੇਕਣ ਲਈ ਹੋਛੇਬਾਜ਼ੀ ਜਾਂ ਛੋਛੇਬਾਜ਼ੀ ਨਾ ਕੀਤੀ ਜਾਵੇ, ਬਲਕਿ ਇੱਕ ਸ਼ਰਧਾਵਾਨ ਨਾਨਕ ਨਾਮ ਲੇਵਾ ਦੇ ਤੌਰ 'ਤੇ ਇਹਨਾਂ ਸਮਾਗਮਾਂ ਨੂੰ ਮਤਲਬ ਆਪਸੀ ਸਾਂਝੇ ਤੌਰ 'ਤੇ ਮਨਾਇਆ ਜਾਵੇ ਤਾਂ ਅੱਛਾ ਮੈਸੇਜ ਆਏਗਾ। ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੀ ਸਾਂਝੀ ਵਾਰਤਾ ਦੀ ਆ, ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਹੀ ਸਰਬੱਤ ਦੇ ਭਲੇ ਦੀ ਆ। ਗੁਰੂ ਨਾਨਕ ਦੇਵ ਸਾਹਿਬ ਮਾਨਵੀ ਕਦਰਾਂ ਕੀਮਤਾਂ ਦੇ ਤੌਰ 'ਤੇ ਸਭ ਨੂੰ ਬਰਾਬਰ ਸਮਝਦੇ ਨੇ ਅਤੇ ਅੱਡ ਅੱਡ ਸਮਾਗਮ ਜਾਂ ਅੱਡ ਅੱਡ ਸਮਾਗਮਾਂ ਤਹਿਤ ਇੱਕ ਵਿਵਾਦ ਜਾਂ ਟਕਰਾਅ ਪੈਦਾ ਹੋਣਾ ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਮਾਗਮਾਂ 'ਤੇ ਤਾਂ ਬਹੁਤ ਅੱਛਾ ਨਹੀਂ ਹੋਏਗਾ, ਬਲਕਿ ਚੰਗਾ ਨਹੀਂ ਲੱਗੇਗਾ। ਦੇਖੋ ਹਾਲਾਤ ਅੰਦੋਲਨ ਵਾਲੇ ਰਾਹ 'ਤੇ ਤੋਰ ਰਹੀ ਆ, ਸਰਕਾਰ ਮਜਬੂਰ ਕਰ ਰਹੀ ਆ ਅੰਦੋਲਨ ਦੇ ਰਾਹ 'ਤੇ ਤੋਰਨ ਲਈ ਕਿਸਾਨਾਂ ਨੂੰ, ਰਾਜਸੀ ਪਾਰਟੀਆਂ ਨੂੰ, ਕਿਉਂਕਿ ਬਹੁਤੀ ਦੇਰ ਹੁਣ ਚੁੱਪ ਕਰਕੇ ਦੇਖਿਆ ਨਹੀਂ ਜਾ ਸਕਦਾ ਰੁੜਦੀ ਕਿਸਾਨ ਦੀ ਫਸਲ ਮੰਡੀਆਂ 'ਚ। ਔਰ ਆਉਣ ਵਾਲੇ ਸਮੇਂ ਵਿੱਚ ਲਿਫਟਿੰਗ ਦੀ ਬੜੀ ਪ੍ਰੋਬਲਮ ਹੋ ਜਾਣੀ ਹੈ, ਲੋਕਾਂ ਦਾ ਆਉਣਾ ਜਾਣਾ ਹੀ ਮੰਡੀਆਂ 'ਚ ਅਨਾਜ ਪਹੁੰਚਾਉਣਾ ਹੀ ਔਖਾ ਹੋ ਜਾਣਾ ਜੋ ਹਾਲਾਤ ਬਣੇ ਹੋਏ ਨੇ, ਕਿਉਂਕਿ ਅਜੇ ਤੱਕ ਨਾ ਤਾਂ ਸ਼ੈਲਰਾਂ ਵਾਲਾ ਨਾ ਕੋਈ ਮਸਲਾ ਨਿਬੜਿਆ, ਨਾ ਆੜ੍ਹਤੀਆਂ ਦੇ ਕਿਸਾਨਾਂ ਦਾ ਕੋਈ ਆਪਸੀ ਜਿਹੜਾ ਮਸਲਾ ਉਹ ਕੋਈ ਨਿਬੇੜ ਸਕੀ ਸਰਕਾਰ। ਇਹ ਵਕਤੀ ਇੰਤਜ਼ਾਮ ਕਰਕੇ ਕੰਮ ਸ਼ੁਰੂ ਕਰਾਇਆ, ਪਰ ਇਹ ਬਹੁਤ ਜਲਦੀ ਮੈਨੂੰ ਲੱਗਦੀ ਹੈ ਬਲੌਕ ਹੋ ਜੂਗਾ ਕੰਮ, ਜੇ ਸਰਕਾਰ ਨੇ ਮਸਲੇ ਦੀ ਜੜ ਜਿਹੜੀ ਆ ਉਹ ਹੱਲ ਨਾ ਕਰਨ ਕੀਤੀ, ਕਿਉਂਕਿ ਸਪੇਸ ਹੈ ਹੀ ਨਹੀਂ ਸ਼ੈਲਰਾਂ ਦੇ ਵਿੱਚ, ਸ਼ੈਲਰਾਂ 'ਚ ਸਪੇਸ ਹੈ ਨਹੀਂ ਅਤੇ ਲਿਫਟਿੰਗ ਕਿੱਥੋਂ ਹੋਏਗੀ, ਲਿਫਟਿੰਗ ਨਾ ਹੋਈ ਤਾਂ ਪੇਮੈਂਟਾਂ ਨਹੀਂ ਹੋਣੀਆਂ ਲੋਕਾਂ ਨੂੰ, ਅਤੇ ਮੰਡੀਆਂ ਵਿੱਚੋਂ ਮਾਲ ਨਹੀਂ ਚੁੱਕਿਆ ਜਾਣਾ, ਜਿਹੜਾ ਅਗਲੇ ਝੋਨਾ ਖੇਤਾਂ 'ਚ ਖੜ੍ਹਾ ਉਹ ਮੰਡੀਆਂ ਤੱਕ ਪਹੁੰਚਾਉਣਾ ਔਖਾ ਹੋ ਜਾਏਗਾ। ਵੈਲੀ ਝੱਟੇ ਤਾਂ ਇਹਨਾਂ ਨੇ ਅਜੇ ਵਕਤੀ ਤੌਰ 'ਤੇ ਪੈਚ ਪਰ ਕਰਕੇ ਸ਼ੁਰੂ ਕਰਾ ਲਿਆ, ਪਰ ਮੈਨੂੰ ਨਹੀਂ ਲੱਗਦਾ ਵੀ ਲੰਮੇ ਸਮੇਂ ਦੇ ਵਿੱਚ ਇਹ ਸਮੱਸਿਆ ਛੇਤੀ ਹੱਲ ਕਰਨ ਦੀ ਸਮਰੱਥਾ ਸਰਕਾਰ ਵਿੱਚ ਹੈਗੀ ਹੈ। ਅਕਾਲੀ ਦਲ BJP ਦਾ ਜਿਹੜਾ ਚੋਣਾਂ ਹਰਿਆਣੇ ਵਿੱਚ ਅਲੱਗ ਅਲੱਗ ਲੜਨਾ ਨਵੀਂ ਗੱਲ ਨਹੀਂ, ਅਲੌਕਿਕ ਗੱਲ ਨਹੀਂ, ਅੱਜ ਤੱਕ ਹਰਿਆਣੇ ਜਿੰਨੀਆਂ ਚੋਣਾਂ ਹੋਈਆਂ ਅਕਾਲੀ ਦਲ BJP ਅਲੱਗ ਅਲੱਗ ਹੀ ਚੋਣ ਲੜਦੇ ਰਹੇ, ਅਕਾਲੀ ਦਲ ਇਨੈਲੋ ਨਾਲ ਹੀ ਰਲ ਕੇ ਚੋਣ ਲੜਦਾ ਰਿਹਾ, ਜੇ ਪਹਿਲਾਂ ਅਲੱਗ ਅਲੱਗ ਲੜ ਕੇ ਕੋਈ ਗਠਬੰਧਨ 'ਚ ਫਰਕ ਨਹੀਂ ਪਿਆ ਤਾਂ ਹੁਣ ਅੱਗੇ ਨੂੰ ਕੀ ਪਏਗਾ। ਇਹ ਤਾਂ ਕਾਂਗਰਸੀ ਕੋਲ ਹੋਰ ਕੁਛ ਕਹਿਣ ਨਹੀਂ ਤਾਂ ਹੈ, ਕਾਂਗਰਸ ਆਪਣੀ ਨਮੋਸ਼ੀ ਨੂੰ ਆਪਣੀ ਫੇਲਿਅਰਸ ਨੂੰ ਛੁਪਾਉਣ ਲਈ ਇਸ ਕਿਸਮ ਦਾ ਇੱਕ ਮਾਹੌਲ ਬਿਆਨਬਾਜ਼ੀ ਰਾਹੀਂ ਕਰ ਰਹੀ ਹੈ ਜਿਹਦਾ ਕੋਈ ਲੇਗਾ ਦੇਗਾ ਨਹੀਂ। ਭਾਜਪਾ ਦੇ ਆਗੂਆਂ ਨੇ ਵੀ ਬਿਆਨ ਦਿੱਤੇ ਨੇ ਜੀ ਵੀ ਅਸੀਂ ਹਰੇਕ ਹਲਕੇ ਦੇ ਵਿੱਚ ਮਜ਼ਬੂਤ ਹੋ ਰਹੇ ਹਾਂ, ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਵੀ ਇਹ ਗੱਠਜੋੜ ਕਾਇਮ ਰਹੇਗਾ ਇਲੈਕਸ਼ਨ। ਭਾਜਪਾ ਆਗੂਆਂ ਨੂੰ ਖੁੱਲ੍ਹਾ ਉਹ ਹਰ ਸਾਰੇ ਦੇਸ਼ ਦੇ ਵਿੱਚ, ਹਰ ਪ੍ਰਦੇਸ਼ ਦੇ ਵਿੱਚ, ਹਰ ਹਲਕੇ 'ਚ ਮੈਂਬਰਸ਼ਿਪ ਪਹਿਲਾਂ ਵੀ ਕਰਦੇ ਰਹੇ, ਹੁਣ ਵੀ ਕਰ ਸਕਦੇ, ਕੋਈ ਪਾਬੰਦੀਆਂ ਥੋੜ੍ਹਾ ਆ ਇੱਕ ਦੂਜੇ ਨੂੰ। ਹੁਣ ਜਿੱਥੇ BJP ਦੇ ਸਾਡੇ ਅਸੀਂ ਉਮੀਦਵਾਰ ਲੜਾਉਂਦੇ ਹਾਂ MLA ਦੇ, ਉੱਥੇ ਅਕਾਲੀ ਦਲ ਦੀ ਆਪਦੀ ਜਥੇਬੰਦੀ ਤਾਂ ਹੈ, ਜਿੱਥੇ ਸਾਡੇ ਨੇ ਉੱਥੇ BJP ਦੀ ਜਥੇਬੰਦੀ ਹੈ। ਸੋ ਜਥੇਬੰਦਕ ਤੌਰ 'ਤੇ ਮਜ਼ਬੂਤ ਕਰਨਾ, ਔਰਗੇਨਾਈਜ਼ ਕਰਨਾ ਉਹ ਅਲੱਗ ਗੱਲ ਆ, ਲੈਜਿਸਲੇਟਿਵ ਤੌਰ 'ਤੇ ਜਿਹੜੀ ਹੈ ਸੀਟਾਂ ਦੀ ਵੰਡ ਉਹ ਅਲੱਗ ਗੱਲ ਆ, ਅਤੇ ਮੈਂ ਸਮਝਦਾ ਇਹ ਕੋਈ ਆਪਸੀ ਸੰਬੰਧਾਂ 'ਚ ਕੋਈ ਫਰਕ ਨਹੀਂ। ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਬਹੁਤ ਗੰਭੀਰ ਦੋਸ਼ ਲਾ ਰਹੇ ਨੇ ਜੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਜੀ। ਕੈਪਟਨ ਸਾਹਿਬ ਬਖਤਰਬੰਦ ਗੱਡੀਆਂ 'ਚ ਪ੍ਰਚਾਰ ਕਰਨ ਚਾਹੇ ਦੂਜੇ ਗੱਡੀਆਂ 'ਚ ਕਰਨ, ਪ੍ਰਚਾਰ ਦਾ ਅਸਰ ਕੋਈ ਨਹੀਂ ਰਹਿਣਾ, ਕਿਉਂਕਿ ਕੈਪਟਨ ਸਾਹਿਬ ਲੋਕਾਂ ਵਿੱਚ ਜਾਣ ਜੋਗੇ ਨਹੀਂ ਰਹੇ, ਕੈਪਟਨ ਸਾਹਿਬ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਜਿਹੜਾ ਬੰਦਾ ਗੁਰੂ ਨੂੰ ਧੋਖਾ ਦੇ ਸਕਦਾ ਫਿਰ ਲੋਕ ਉਹਨੂੰ ਕਿਵੇਂ ਮੂੰਹ ਲਾ ਸਕਦੇ ਨੇ। ਸੋ ਕੈਪਟਨ ਸਾਹਿਬ ਤਾਂ ਆਪਣੀ ਜਿਵੇਂ ਕਹਿੰਦੇ ਚਮੜੀ ਬਚਾਉਂਦੇ ਫਿਰਦੇ ਨੇ, ਕੰਮ ਸਾਰਦੇ ਫਿਰਦੇ ਨੇ, ਇਸੇ ਕਰਕੇ ਸਾਰੀ ਚੋਣ ਖਤਮ ਹੋਣ ਦੇ ਕਿਨਾਰੇ ਆ। ਕੈਪਟਨ ਸਾਹਿਬ ਹੁਣ ਕੱਲ੍ਹ ਪਰਸੋਂ ਪ੍ਰਗਟ ਹੋਏ ਹਨ।